ਸਿਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕਾਵਾ ਪਹੁੰਚ ਚੁੱਕੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਦਿਖਾਵਾਂਗੇ ਤੇ ਇਹਦੇ ਮਗਰ ਜਿਹੜੀ ਵੱਛੀ ਬੜੀ ਪਿਆਰੀ ਆ ਇੱਕ ਦੇ ਮਗਰ ਉਹ ਦੇਖ ਸਕਦੇ ਕਾਫੀ ਪਿਆਰੀ ਵੱਛੀ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਹੋਰ ਸੁਣਾ ਠੀਕ ਠਾਕ ਜੀ? ਵਧੀਆ ਵਧੀਆ ਸਭ ਵਧੀਆ ਜੀ। ਵੇਖ ਗਿਆ ਕੱਲ ਵਾਲਾ ਮਾਲ? ਫਿਰ ਕੱਲ ਵਾਲਾ ਵੀਰ ਜੀ ਉਹ ਹੀ 10-20 ਮਿੰਟ ਚ ਵੇਖ ਗਿਆ ਸੀ ਮਾਲ। ਅੱਛਾ, ਅੱਜ ਵੀ ਦੋ ਹੀ ਆ? ਫਿਰ ਅੱਜ ਵੀ ਦੋ ਹੀ ਆ ਰਬੀ ਜੀ। ਠੀਕ, ਚਲੋ ਅੱਜ ਵੀ ਚੰਗੇ ਰਿਕਾਰਡ ਵਾਲੀਆਂ ਦੋਵੇਂ ਮਛੀਆਂ। ਠੀਕ ਹੈ, ਹਾਂਜੀ ਹਾਂਜੀ। ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਮੇਰਾ ਹਰਪਾਲ ਸਿੰਘ ਜੀ। ਹਾਂਜੀ, ਪਿੰਡ ਜ਼ਿਲ੍ਹਾ ਮੁਸਾ ਸ੍ਰੀ ਅਜਨਾਲਾ। ਤੇ ਫੋਨ ਨੰਬਰ ਬੋਲ ਦੇ ਕਰੀ। 9943-9495। ਠੀਕ ਹੈ ਜੀ। ਤੇ ਸ਼ੁਰੂਆਤ ਕਿਹੜੀ ਤੋਂ ਕਰੀਏ ਫਿਰ? ਸ਼ੁਰੂਆਤ ਪਹਿਲਾਂ ਤੁਹਾਨੂੰ ਇਹੀ ਕਾਫੀ ਖੂਬਸੂਰਤ ਵੈੜ ਹੈ ਜਿਹੜੀ ਤੁਹਾਨੂੰ ਦਿਖਾਉਣੀ ਆ। ਚਿਹਰੇ ਤੇ ਵੀ ਸੋਹਣੀ ਆ ਤੇ ਬਾਕੀ ਥਾਣ ਵੀ ਜਿਹੜਾ ਇਹਦੇ ਕੋਲ ਚੰਗਾ ਲੱਗਾ। ਥਾਣਾਂ ਦਾ ਸਾਈਜ਼ ਤੇ ਗੈਪ ਆ ਦੇਖ ਸਕਦੇ ਤੇ ਮਿਲਕ ਵੀ ਨਹੀਂ ਦੇਖ ਸਕਦੇ ਜੀ। ਠੀਕ ਹੈ ਜੀ। ਕਿੰਨਾ ਸੁਭਾ ਜੀ ਇਹਦਾ? ਅੱਛਾ, ਪਹਿਲਾਂ ਸੁਭਾ ਸੂਈ ਹੈ। ਕਿੰਨਾ ਚਿਰ ਹੋਇਆ ਸੂਈ ਨੂੰ? ਸੂਈ ਨੂੰ ਹਰ ਵੀ ਜੀ ਘਰ ਵਾਲੇ ਆਂਦੇ 8-9 ਦਿਨ ਹੋ ਗਏ। ਅੱਛਾ, ਬੱਚਾ ਜੇ? ਬੱਚਾ ਵੀ ਜੀ ਮਗਰ। ਅੱਛਾ, ਇਹਦੇ ਮਗਰ ਜਿਹੜਾ ਬੱਚਾ ਵਾ? ਠੀਕ ਹੈ। ਤੇ ਮੌਕੇ ਤੇ ਕਿੰਨਾ ਦੁੱਧ ਤਿਆਰ ਜੀ? ਮੌਕੇ ਦੇ ਹਰ ਵੀ ਜੀ ਦੁੱਧੇ ਥੱਲੇ 15 ਕਿਲੋ ਤਿਆਰ ਜੀ। ਬਿਲਕੁਲ ਤਿਆਰ ਹੈ ਨਾ, ਜਿੱਦਾਂ ਵਜੀ ਵੀਰ ਭਰਾ ਚ ਹੋਵੇ ਹੈਗਾ ਵੱਧ ਆਪਾਂ 15 ਕਿਲੋ ਦੀ ਗਾਰੰਟੀ ਦੇਣੀ ਹੈ। ਕਿੰਨਾ ਕ ਦੁੱਧ ਚ ਆ ਜਾਊਗਾ? ਦੁੱਧ ਹਰ ਵੀ ਜੀ ਨੇ 20 ਕਿਲੋ ਚ ਆ ਜਾਣਾ। ਅੱਛਾ, ਵਧੀਆ 20 ਕਿਲੋ ਨੇ ਚ ਆ ਜਾਣਾ ਪਹਿਲੇ ਸਵੇ 20 ਚ ਆ ਜਾਊਗੀ। ਮੌਸਮ ਚੰਗਾ ਆ ਗਿਆ ਹਰ ਵੀ ਜੀ ਹੁਣ ਤੇ ਬਾਕੀ ਹੁਣ ਘਰੋਂ 15 ਚ ਆ ਕੇ ਦੋਗੇ? 15 ਹਰ ਵੀ ਜੀ ਚ ਆ ਕੇ ਦਵਾਂਗੇ ਦੋ ਡੰਗ ਜਿੱਦਾਂ ਮੈਂ ਤੇਰੇ ਨਾਲ ਕਰਦੇ। ਲਿਆਓ ਫਿਰ ਖੋਲੋ ਹਾਂ ਤੋੜ ਦਈਏ। ਹਾਂ ਦੇਖ ਸਕਦੇ ਹਵਾਨਾ ਵੀ ਥੱਲੇ ਸੋਹਣਾ। ਤੇ ਕੱਦ ਕਾਠ ਵੀ ਜਿਹੜਾ ਇਹਦਾ ਚੰਗਾ ਥੱਲਿਆਂ ਬੜੀ ਖੂਬਸੂਰਤ ਆ ਜਿਹੜੀ ਤੇ ਰੰਗ ਰੂਪ ਦੀ ਵੀ ਸੋਹਣੀ ਹੈ। ਬਾਕੀ ਇਹੋ ਜਿਹਾ ਬੱਜੂਗਾ ਇਹੋ ਜਿਹਾ ਪਸ਼ੂ ਜਿਹੜਾ ਘਰੇ ਬੱਜਾ ਵੀ ਜਿਹੜਾ ਸੋਹਣਾ ਲੱਗਦਾ ਵਾ। ਦੱਸਿਆ ਵੀਰ ਜੀ ਫਿਰ ਇਹਦਾ ਕੀ ਮੁੱਲ ਰੱਖਣਾ, ਕਿੰਨੇ ਚ ਪਹੁੰਚ ਕਰ ਦੇਣੀ ਇਹਦੀ? ਫਿਰ ਹਰਪ੍ਰੀਤ ਜੀ ਜਿਹੜੇ ਹਿਸਾਬ ਨਾਲ ਮਾਰਕੀਟ ਚ ਬਾਜ਼ਾਰ ਚੱਲਣ ਡਿਆ ਨਾ। ਹਾਂਜੀ ਹਾਂਜੀ, 65 ਦੀ ਹੈਗਾ, 65 ਦੀ ਵੇਖ ਜਾਣੀ ਆ। ਠੀਕ ਹੈ, ਕਿਉਂਕਿ ਦੁੱਧ ਵੀ ਚੰਗਾ ਇਹਨੇ ਪਾ ਜਣਾ ਦਾ ਹੈਗੀ ਵੀ ਵੈੜ ਆ, ਬਾਕੀ ਰੰਗ ਰੂਪ ਵੀ ਸੋਹਣਾ ਵਾ। ਹਾਂਜੀ ਹਾਂਜੀ। ਤੇ ਕਿੰਨਾ ਫਿਰ ਰੱਖਣਾ ਇਹਦਾ ਮੁੱਲ? ਇਹ ਹਰਪ੍ਰੀਤ ਜਿਹੜੀ ਆਪਾਂ ਦੇ ਹੀ ਦੇਣੀ ਹੈ ਨਾ, ਪੂਰੇ 50,000 ਚ ਪਹੁੰਚ ਕਰ ਦੇਣੀ 100 ਕਿਲੋਮੀਟਰ। ਅੱਛਾ, 50,000 ਚ 100 ਕਿਲੋਮੀਟਰ ਤੱਕ ਪਹੁੰਚ ਕਰੋਗੇ? ਪਹੁੰਚ ਕਰ ਦੇਣੀ ਹੈ ਹਰਪ੍ਰੀਤ। ਠੀਕ ਹੈ ਜੀ। ਤੇ ਹੁਣ ਦੂਸਰੇ ਨੰਬਰ ਤੇ ਜਰਸੀ ਆ ਗਈ ਜੀ। ਹਾਂਜੀ ਹਾਂਜੀ। ਤੇ ਥਾਣ ਜਿਹੜਾ ਇਹਦੇ ਕੋ ਵੀ ਬੜਾ ਲਾਜਵਾਬ ਆ। ਹਾਂ ਦੇਖ, ਸਾਡੇ ਥਾਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਤੇ ਇਹ ਵੀ ਥੱਲਿਓ ਕਾਫੀ ਚੰਗੀ ਤਿਆਰ ਹੋਈ ਆ ਤੇ ਮਗਰ ਵੀ ਇਹਦੇ ਵੱਛੀ ਆ ਗਈ ਜੇ। ਕਰਦੇ ਵਿੱਚ ਜੇ ਕਰੀ ਉਧਰ ਨੂੰ ਕਰਦੇ ਵੱਛੀ ਚੰਗੀ ਤਰ੍ਹਾਂ ਦਿਖਾ ਲਈ ਨਾਲੇ ਬੱਚਾ ਜਿਹੜਾ ਨਾੜੂ ਤੇ ਹੀ ਆ ਪੂਰਾ ਇਹ ਵੀ। ਹਾਂ ਦੇਖ ਸਕਦੇ ਜੀ, ਦੇਖਣ 'ਚ ਵੱਛੀ ਜਿਹੜੀ ਕਾਫੀ ਚੰਗੀ ਰਿਕਾਰਡ ਦੀ ਲੱਗਦੀ ਤੇ ਨਾੜੂ ਜਿਹੜਾ ਨਾਲ ਹੀ ਹਾਲੇ। ਇਹਦਾ ਵੀਰ ਜੀ ਕਿੰਨਵਾਂ ਸੂਆ ਜੀ? ਇਹ ਵੀ ਯਾਰ ਵੀ ਦੂਜਾ ਸੂਆ ਸੂਈ ਆ। ਅੱਛਾ, ਇਹਦਾ ਦੂਸਰਾ ਸੂਆ ਆ। ਹਾਂਜੀ ਹਾਂਜੀ। ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ? ਚੌਥਾ ਦਿਨ ਆ ਵੀਰ ਜੀ। ਫਿਰ ਚੌਥਾ ਦਿਨ ਆ? ਹਾਂਜੀ ਹਾਂਜੀ। ਠੀਕ ਆ। ਤੇ ਇਹਦੇ ਕੋਲ ਕਿੰਨਾ ਦੁੱਧ ਮੁੱਕੇ ਤੇ ਤਿਆਰ ਜੀ? ਹਾਂ ਵੀ ਭਾਗ ਦੁੱਧ ਕਿਨੇ ਕੋ ਗੋਲਾ ਗਿਲੇ 16 ਕਿਲੋ ਜਿੱਦਾਂ ਮਰਜ਼ੀ ਮੇਰੇ ਘਰ ਕੋਈ ਚੁਆ ਕੇ ਲੈ ਜੀ। ਬਿਲਕੁਲ ਤਸੱਲੀ ਵਾਲਾ ਜਿਹੜਾ। ਜਿੱਦਾਂ ਮਰਜ਼ੀ ਆ ਜੀ, 2 ਡੰਗ ਮੇਰੇ ਘਰ, 3 ਡੰਗ ਜਿੱਦਾਂ ਮਰਜ਼ੀ ਚੋ ਕੇ ਲੈ ਜੀ। ਤੇ ਇਹ ਕਿੰਨਾ ਚੁਆ ਜੂ ਦੁੱਧ? ਪਹਿਲੇ ਸੀਗੇ 20 ਕਿਲੋ ਦੁੱਧ ਭਰਿਆ। ਅੱਛਾ, ਤੇ ਹੁਣ ਵੀ 20-22 ਕਿਲੋ ਦੁੱਧ ਨਾਲ ਰਮਾਨ ਨਾਲ ਭਰ ਜਾਣਾ। ਅੱਛਾ ਹਾਂਜੀ ਹਾਂਜੀ। ਲਿਆ ਖੋਲੋ ਹਾਂ ਫਿਰ ਤੋੜ ਦਈਏ। ਬਾਕੀ ਦੋਵੇਂ ਸੂਈਆਂ ਸਵਾਈਆਂ ਵਾ, ਇੱਥੇ ਆਓ ਆਪਣੀ ਤਸੱਲੀ ਕਰੋ ਵੇਸ ਚਾਖ ਕੇ ਤੇ ਫਿਰ ਆਪਣਾ ਪਸ਼ੂ ਖਰੀਦੋ, ਕਿਉਂਕਿ ਪੈਸੇ ਤੋਂ ਹੀ ਖਰਚਣੇ, ਜ਼ਿੰਮੇਵਾਰੀ ਵੀ ਜਿਹੜੀ ਤੁਹਾਡੀ ਬਣਦੀ ਆ ਆਪਣੀ ਤਸੱਲੀ ਕਰਕੇ ਖੜਨ ਦੀ। ਥੱਲਿਆਂ ਜਿਹੜੀ ਆ ਵੀ ਕਾਫੀ ਚੰਗੀ ਤਿਆਰ ਹੋਈ ਆ ਤੇ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਵੀ ਜਿਹੜਾ ਇਹਦਾ ਚੰਗਾ। ਤੇ ਮਗਰ ਇਹਦੇ ਵੱਛੀ ਵੀ ਕਾਫੀ ਚੰਗੀ ਆ, ਦੁੱਧ 20-22 ਲੀਟਰ ਜਿਹੜਾ ਕਹਿੰਦੇ ਕਿ ਇਹ ਚਵਾਈ ਜਾਊਗੀ। ਤੇ ਇਹਦਾ ਕੀ ਮੁੱਲ ਜੇ ਵਿੱਚ? ਇਹਦਾ 20,000 ਹੀ ਆ। ਕਿੰਨਾ ਕਾ? ਇਹਦੀ 55,000 ਚ ਪਹੁੰਚ ਕਰਾਂਗੇ। ਅੱਛਾ, 55,000 ਚ ਪਹੁੰਚ ਕਰੋਗੇ? 55,000 ਚ ਪਹੁੰਚ ਕਰਾਂਗੇ। ਤੇ
ਮੌਕੇ ਤੇ ਕਰ ਦੋਗੇ ਹੋਰ ਮਾਨਤਾਂ ਨੂੰ 2000 ਰੁਪਏ ਕਰ ਦਾਂਗੇ ਠੀਕ ਹੈ ਜੀ 2000 ਰੁਪਏ ਮਾਨ ਕਰ ਦਾਂਗੇ ਅੱਛਾ 2 ਦਾ ਕਰ ਦਾਂਗੇ ਇਹ ਦੇ ਦੋਗੇ 53000 ਯਾਰ 53000 ਦੇ ਪਾਉਣ ਕਰ ਦਾਂਗੇ ਠੀਕ ਹੈ ਵਿਦਿਆ ਕੁਛ ਕਹਿਣਾ ਫਿਰ ਠੀਕ ਹੈ ਵਿਦਿਆ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਸਮਝ ਦੇ ਹਿਸਾਬ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਕਰੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।